ਭਵ ਜੁਜਨ ਕਾਉ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇਤ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ ਕਬੂ ਨਾ ਛਾਡੈ ਖੇਤ ਕੌਮੀ ਅਣਖ ਨੂੰ ਮਾਰੇ ਜਦ ਸੱਟ ਦੁਸ਼ਮਣ ਉਦੋਂ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਆ ਉਸ ਵੇਲੇ ਪੈਦਾ ਪ੍ਰਤਾਪ ਹੁੰਦਾ ਕੌਮਾਂ ਵਿੱਚ ਹੈ ਮਰਨ ਦਾ ਪਾਕ ਜਜ਼ਬਾ ਕੌਮੀ ਦਿਲਾਂ ਅੰਦਰ ਆਪਣੇ ਆਪ ਹੁੰਦਾ ਜ਼ੁਲਮ ਕਰਨਾ ਵੀ ਜੇਕਰ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਮਹਾ ਪਾਪ ਹੁੰਦਾ ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਸੰਗਤ ਜੀਓ ਆਓ ਅੱਜ ਆਪਾਂ ਸਾਰੇ ਹੀ ਰਲ ਮਿਲ ਕੇ ਆਪਣੇ ਸਾਰਿਆਂ ਦੇ ਬਾਪੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਈ ਬੇਅਦਬੀ ਦੇ ਕਾਤਲਾਂ ਨੂੰ ਔਰ ਜੋ 7 ਮਈ ਧਰਨਾ ਦਿੱਤਾ ਗਿਆ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਬੈਠੀ ਸੰਗਤ ਦੇ ਧਰਨੇ ਤੇ ਸਰੇਆਮ ਗੋਲੀਆਂ ਤੇ ਉਹਨਾਂ ਕਾਤਲਾਂ ਨੂੰ ਤੀਸਰਾ ਨਜ਼ਰਬੰਦ ਜਿਨ੍ਹਾਂ ਦੀ ਕੈਦ ਪੂਰੀ ਹੋ ਚੁੱਕੀ ਹੈ ਜਾਂ ਬੇਕਸੂਰੇ ਜੇਲ੍ਹਾਂ ਵਿੱਚ ਡੱਕੇ ਗਏ ਨੇ ਇਹ 3 ਗੱਲਾਂ ਲੈ ਕੇ ਜਥੇਦਾਰ ਧਿਆਨ ਸਿੰਘ ਜੀ ਮਨ ਔਰ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂ ਔਰ ਵਿੱਚ ਬੈਠੇ ਨੇ ਜਥੇਦਾਰ ਅਮਰੀਕ ਸਿੰਘ ਜੀ ਨਜ਼ਰਬੰਦ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਸਮੁੱਚੇ ਜਥੇਦਾਰਾਂ ਸਹਿਬਾਨਾਂ ਵੱਲੋਂ ਰਲ ਮਿਲ ਕੇ ਜੋ 1 ਜੂਨ ਤੋਂ ਲੈ ਕੇ ਇਹ ਮੋਰਚਾ ਆਰੰਭ ਕੀਤਾ ਗਿਆ ਉਸੇ ਮੋਰਚੇ ਦੇ ਤਹਿਤ ਅੱਜ 44ਵਾਂ ਦਿਨ ਆਪ ਸਾਰੇ ਰਲ ਮਿਲ ਕੇ ਇਸ ਜਗ੍ਹਾ ਤੇ ਇਕੱਤਰ ਹੋਏ ਹੋ ਸਮਾਂ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਪੈਸ਼ਲ ਸੱਦਾ ਦਿੱਤਾ ਗਿਆ ਸੀ ਸਾਰੇ ਹੀ ਪੰਜਾਬ ਦੇ ਕਵਿਸਰ ਜਥਿਆਂ ਨੂੰ ਬਾਬਾ ਲੀਡਰ ਸਿੰਘ ਜੀ ਵੱਲੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਨਾਂ ਉੱਤੇ 150 ਲੱਖ ਦਮੜਾ ਜਥੇ ਨੂੰ ਮਾਨ ਤੇ ਜਥੇਦਾਰ ਅਮਰੀਕ ਸਿੰਘ ਜੀ ਵੱਲੋਂ 500 ਰੁਪਏ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਪਰਸੋਂ ਵੀ ਇੱਕ ਬੇਨਤੀ ਕਰਨੀ ਸੀ ਸਮਾਂ ਸੀਮਤ ਸੀ ਉਹ ਮੈਂ ਹੁਣ ਪਹਿਲਾਂ ਬੇਨਤੀ ਕਰਦਿਆਂ ਇੱਕੋ ਹੀ ਕਵਿਤਾ ਲਾਉਣੀ ਹੈ ਇਹ ਬੇਨਤੀ ਖਾਸ ਕਰਕੇ ਚੈਨਲਾਂ ਦੇ ਰਾਹੀਂ ਮੀਡੀਆ ਦੇ ਰਾਹੀਂ ਉਹਨਾਂ ਨੂੰ ਹੈ ਜਿਹੜੀ ਸਾਡੀ ਸਿੱਖ ਕੌਮ ਦੇ ਕੁਝ ਪ੍ਰਚਾਰਕ ਸਹਿਬਾਨ ਨੇ ਜਿਨ੍ਹਾਂ ਦੇ ਨਾਲ ਸੰਗਤ ਜੁੜੀ ਹੈ ਉਹਨਾਂ ਨੂੰ ਮੈਂ ਆਪਣੇ ਜਥੇ ਵੱਲੋਂ ਬੇਨਤੀ ਹੀ ਕਰਨਾ ਕਿ ਜਿੱਥੇ ਆ ਸਿੱਖ ਕੌਮ ਦੇ ਸਰਮੌਰ ਜਥੇਦਾਰ ਸਹਿਬਾਨ ਬੈਠੇ ਨੇ ਉੱਥੇ ਤੁਸੀਂ ਵੀ ਮੋਢੇ ਨਾਲ ਮੋਢਾ ਲਾ ਕੇ ਆ ਕੇ ਇੱਥੇ ਜੁੜੋ ਇਹ ਕਿਸੇ ਇੱਕ ਦਾ ਕੰਮ ਨਹੀਂ ਸਾਰੀ ਸਿੱਖ ਕੌਮ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਭ ਦੇ ਨੇ ਕਿਸੇ ਇੱਕ ਦਾ ਨਹੀਂ ਕਿ ਇਹਨਾਂ ਦਾ ਕੰਮ ਹੈ ਇਹੀ ਚਲੇ ਜਾਣ ਸਾਡਾ ਸਾਰਿਆਂ ਦਾ ਕੰਮ ਜੀ ਇਸ ਲਈ ਮੈਂ ਸਾਰੇ ਹੀ ਪ੍ਰਚਾਰਕ ਸਹਿਬਾਨਾਂ ਨੂੰ ਬੇਨਤੀ ਕਰਦਾ ਜਿਹੜੇ ਮੀਡੀਆ ਰਾਹੀਂ ਸੁਣਨਗੇ ਜਾਂ ਬਾਅਦ ਵਿੱਚੋਂ ਉਹ ਲਾਜ਼ਮੀ
ਇੱਕ ਵਾਰ ਇੱਥੇ ਆ ਕੇ ਹਾਜ਼ਰੀ ਜ਼ਰੂਰ ਭਰ ਲੈਣ। ਆਓ, ਮੈਂ ਸਮਾਂ ਬਹੁਤਾ ਨਹੀਂ ਜੇ ਲੈਣਾ, ਸਟੇਜ ਦਾ ਸਮੁੱਚੀ ਸੰਗਤ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਸਾਨੂੰ ਸਮਾਂ ਦੇ ਕੇ ਨਵਾਜਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਪਰਸੋਂ ਅਸੀਂ ਕਵਿਤਾ ਲਾ ਗਏ ਸਾਂ ਕਿ ਸਾਨੂੰ ਬੇਇਨਸਾਫੀਆਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਪਰ ਯਾਦ ਰੱਖਣਾ, ਉਹਨਾਂ ਲੋਕਾਂ ਨੂੰ ਗੱਲ ਕਹਿਣੀ ਚਾਹੁੰਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ, ਬੇਸ਼ੱਕ ਬੇਅਦਬੀ ਕਰਦੇ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਦੇ ਬੇਅਦਬ ਨਹੀਂ ਹੋ ਸਕਦੇ। ਹਰਿਮੰਦਰ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਰਾਜ ਕਰਿੰਦੇ ਨੇ, ਉਸ ਦੀ ਵੀ ਰਾਜ ਕਰਨਗੇ ਜਦੋਂ ਤੱਕ ਦੁਨੀਆ ਰਹੇਗੀ। ਉਹਨਾਂ ਦਾ ਰਾਜ ਭਾਗ ਕਦੇ ਖਤਮ ਨਹੀਂ ਹੋ ਸਕਦਾ। ਢਾ ਲਾਉਣ ਵਾਲੇ ਬੜੇ ਹੋ ਸਕਦੇ ਨੇ। ਢਾਡੀ ਸੁਲੱਖਣ ਸਿੰਘ ਜੀ ਚੌਧਰਪੁਰ ਵਾਲੇ, ਇਹਨਾਂ ਦਾ ਜਥਾ ਵੀ ਬੜਾ ਚੜ੍ਹਦੀ ਕਲਾ ਵਾਲਾ, ਬੜੀ ਵਾਰੀ ਇਹਨਾਂ ਦੇ ਨਾਲ ਮੇਲ ਮਿਲਾਪ ਹੋਇਆ, 50 ਲੱਖ ਦਮੜੇ ਧੰਨਵਾਦੀ ਹਾਂ। ਸੁਆਉ ਮੈਂ ਬੇਨਤੀ ਕਰਾਂ, ਜੇ ਹੱਕ ਮੰਗਿਆਂ ਤੋਂ ਨਾ ਮਿਲੇ, ਪਹਿਲਾਂ ਬੜੇ ਧਰਨੇ ਲਾਏ, ਬੜੇ ਤਰੀਕੇ ਅਪਣਾਏ, ਨਾ ਇਨਸਾਫ ਮਿਲੇ, ਨਾ ਸਾਨੂੰ ਬਣਦਾ ਮਾਣ ਮਿਲੇ, ਤੇ ਫਿਰ ਹੱਕ ਲੈਣਾ ਬੜਾ ਜ਼ਰੂਰੀ ਹੈ। ਹੱਕ ਮੰਗਿਆਂ ਤੋਂ ਕਦੇ ਨਹੀਂ ਜੇ ਮਿਲਦਾ, ਹੱਕ ਲੈਣਾ ਪੈਂਦਾ। ਉਹ ਸਮੇਂ ਦੀ ਵਾਰਤਾ, ਪਿਆਰ ਸਾਹਿਤ ਕਵਿਤਾ ਸੁਣੋ। ਸਿੱਖ ਸ਼ਾਂਤੀ ਚਾਹੁੰਦਾ ਇਹ ਰਹਿਣ ਨਹੀਂ ਦਿੰਦੇ, ਲੜੀਏ ਹੱਕ ਆਪਣੇ ਲਈ ਤੇ ਬਖਵਾਦੀ ਕਹਿੰਦੇ, ਲੜੀਏ ਹੱਕ ਆਪਣੇ ਲਈ ਤੇ ਬਖਵਾਦੀ ਕਹਿੰਦੇ, 2% ਦੀ ਗਿਣਤੀ ਕੁਝ ਗਦਾਰ ਜੇ ਕਹਿੰਦੇ, ਹੱਕ ਮੰਗਿਆ ਤੋਂ ਨਹੀਂ ਮਿਲਦੇ ਜੀ ਹੱਕ ਲੈਣੇ ਪੈਂਦੇ ਨੇ, ਹੱਕ ਮੰਗਿਆ ਤੋਂ ਨਹੀਂ ਮਿਲਦੇ ਜੀ ਹੱਕ ਲੈਣੇ ਪੈਂਦੇ ਨੇ। ਸਿੱਖ ਸ਼ਾਂਤੀ ਚਾਹੁੰਦਾ ਇਹ ਰਹਿਣ ਨਹੀਂ ਦਿੰਦੇ, ਲੜੀਏ ਹੱਕ ਆਪਣੇ ਲਈ ਤੇ ਬਖਵਾਦੀ ਕਹਿੰਦੇ, ਲੜੀਏ ਹੱਕ ਆਪਣੇ ਲਈ ਤੇ ਬਖਵਾਦੀ ਕਹਿੰਦੇ, 2% ਦੀ ਗਿਣਤੀ ਕੁਝ ਗਦਾਰ ਜੇ ਕਹਿੰਦੇ ਨੇ, ਹੱਕ ਮੰਗਿਆ ਤੋਂ ਨਹੀਂ ਮਿਲਦੇ ਜੀ ਹੱਕ ਲੈਣੇ ਪੈਂਦੇ ਨੇ, ਹੱਕ ਮੰਗਿਆ ਤੋਂ ਨਹੀਂ ਮਿਲਦੇ ਜੀ ਹੱਕ ਲੈਣੇ ਪੈਂਦੇ ਨੇ। ਬੇਅਦਬੀ ਉਹ ਦੋਸ ਸਿੰਘਾਂ ਤੇ ਲਾਉਂਦੇ ਨੇ, ਕਰਨ ਬੇਅਦਬੀ ਉਹ ਦੋਸ ਸਿੰਘਾਂ ਤੇ ਲਾਉਂਦੇ ਐ, ਅਸੀਂ ਬਖਵਾਦੀ ਨਾ ਧੱਕੇ ਨਾਲ ਬਣਾਉਂਦੇ ਐ, ਅਸੀਂ ਬਖਵਾਦੀ ਨਾ ਧੱਕੇ ਨਾਲ ਮਨਾਉਂਦੇ ਐ, ਵਿੱਚ ਬਿਪਤਾ ਦੇ ਪਾ ਕੇ ਆਪ ਉਹ ਮੌਜਾਂ ਲੈਂਦੇ ਨੇ, ਹੱਕ ਮੰਗਿਆਂ ਤੋਂ ਨਹੀਂ ਮਿਲਦੇ ਜੀ ਹੱਕ ਲੈਣੇ ਪੈਂਦੇ ਨੇ, ਹੱਕ ਮੰਗਿਆਂ ਤੋਂ ਨਹੀਂ ਮਿਲਦੇ ਜੀ ਹੱਕ ਲੈਣੇ ਪੈਂਦੇ ਨੇ। ਵੇਖ ਲਿਆ ਸਰਕਾਰਾਂ ਜਦੋਂ ਵੇਖ ਲਿਆ ਸਿੰਘਾਂ ਕੀ ਸਰਕਾਰਾਂ ਕਰਨਾ ਏ, ਅੱਕ ਕੇ ਤਾਹੀ ਤੇ ਲਾਇਆ ਤਰਨਾ ਏ, ਫਿਰ ਅੱਕ ਕੇ ਸਿੰਘਾਂ ਨੇ ਤਾਹੀ ਲਾਇਆ ਤਰਨਾ ਏ, ਮਾਰ ਪੱਟਾਂ ਤੇ ਰੋਂਦੇ ਜੋ ਸਿੰਘਾਂ ਨਾਲ ਕਹਿੰਦੇ, ਹੱਕ ਮੰਗਿਆਂ ਤੋਂ ਨਹੀਂ ਮਿਲਦੇ ਜੀ ਹੱਕ ਲੈਣੇ ਪੈਂਦੇ ਨੇ, ਹੱਕ ਮੰਗਿਆਂ ਤੋਂ ਨਹੀਂ ਮਿਲਦੇ ਜੀ ਹੱਕ ਲੈਣੇ ਪੈਂਦੇ ਨੇ। ਕੁਝ ਸ਼ਰਮ ਕਰੀ ਸਰਕਾਰ, ਤੇਰੇ ਚੱਲਣੇ ਨਹੀਂ ਹੁਣ ਲਾਰੇ, ਪਹਿਲਾਂ ਕਰੇ ਬੜੇ ਤੂੰ ਕਾਰੇ, ਨਿਰਦੋਸੇ ਫੜ ਫੜ ਜੇ ਤਾੜੇ, ਹੁਣ ਕਾਤਲ ਫੜ ਸਰਕਾਰ ਆਸਿਕ ਸਾਰੇ ਕਹਿੰਦੇ,
ਹੱਕ ਮੰਗਿਆਂ ਤੋਂ ਨਹੀਂ ਮਿਲਦੇ ਜੀ, ਹੱਕ ਲੈਣੇ ਪੈਂਦੇ ਨੇ। ਉਹਦੇ ਅਦਬੀ ਗੁਰੂ ਦੀ ਕਰਕੇ ਕਾਤਲ ਫਿਰਦੇ ਖੁੱਲੇ ਆ, ਸਾਡਾ ਕੀ ਕਿਸੇ ਨੇ ਕਰਨਾ ਫਿਰਦੇ ਖੁਸ਼ੀ ਚ ਫੁੱਲੇ ਆ, ਸਾਡਾ ਕੀ ਕਿਸੇ ਨੇ ਕਰਨਾ ਫਿਰਦੇ ਖੁਸ਼ੀ ਚ ਫੁੱਲੇ ਆ। ਫੜਲਾ ਨੀ ਸਰਕਾਰ ਜਿਹੜੇ ਮੌਜਾਂ ਲੈਂਦੇ ਨੇ, ਹੱਕ ਮੰਗਿਆਂ ਤੋਂ ਨੀ ਮਿਲਦੇ ਜੀ, ਹੱਕ ਲੈਣੇ ਪੈਂਦੇ ਨੇ। ਹੱਕ ਮੰਗਿਆਂ ਤੋਂ ਨੀ ਮਿਲਦੇ ਜੀ, ਹੱਕ ਲੈਣੇ ਪੈਂਦੇ ਨੇ। ਕਵੀ ਸਿਰ ਗੁਜਰਾਂ ਵਾਲਾ ਪੁਕਾਰੇ, ਹੁਣ ਹੋਰ ਕਰੀ ਨਾ ਉਜਾੜੇ, ਮਨ ਲਾ ਅਰਜੀ ਹੁਣ ਤਾਂ ਸਰਕਾਰੇ, ਲਿਖ ਦੀਪ ਪ੍ਰੀਤ ਨਿਹਾਰ, ਵੇਖ ਵੀ ਅਦਬੀ ਗੁਰਦੀ ਸਿੰਘ ਪਿੱਛੇ ਨਾ ਰਹਿੰਦੇ ਨੇ। ਹੱਕ ਮੰਗਿਆਂ ਤੋਂ ਨੀ ਮਿਲਦੇ ਜੀ, ਹੱਕ ਲੈਣੇ ਪੈਂਦੇ ਨੇ। ਹੱਕ ਮੰਗਿਆਂ ਤੋਂ ਨੀ ਮਿਲਦੇ ਜੀ, ਹੱਕ ਲੈਣੇ ਪੈਂਦੇ ਨੇ, ਹੱਕ ਲੈਣੇ ਪੈਂਦੇ ਨੇ ਜੀ, ਹੱਕ ਲੈਣੇ ਪੈਂਦੇ ਨੇ। ਆਓ ਸਾਧ ਸੰਗਤ ਜੀ, ਇੱਕੋ ਹੀ ਕਵਿਤਾ ਦਾ ਸੁਪਾਗ ਪ੍ਰਾਪਤ ਹੋਇਆ ਸੀ। ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦੇ ਸੁਪੁੱਤਰ ਕਾਕਾ ਕੁਰਬਾਨ ਸਿੰਘ ਜੀ ਵੱਲੋਂ 100 ਲੱਖ ਦਮੜੇ, ਤਹਿ ਦਿਲੋਂ ਧੰਨਵਾਦੀ ਹਾਂ। ਇੱਕੋ ਹੀ ਬੇਨਤੀ ਸਾਡੀ ਪ੍ਰਵਾਨ ਕਰਿਆ ਜੇ, ਜਿਵੇਂ ਅੱਜ ਜੁੜਿਓ, ਜਿੰਨੇ ਦੇਰ ਤੱਕ ਮੋਰਚਾ ਫਤਿਹ ਨਹੀਂ ਹੁੰਦਾ ਰੋਜ਼ ਜੁੜਨ ਦਾ ਯਤਨ ਕਰੋ। ਜਿਹੜੇ ਪ੍ਰਚਾਰਕਾਂ ਨੂੰ ਬੇਨਤੀ ਕੀਤੀ ਹੈ, ਅੱਗੇ ਹੋ ਕੇ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਾਤਲਾਂ ਨੂੰ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੇ ਇਸ ਇਨਸਾਫ ਮੋਰਚੇ ਦੇ ਵਿੱਚ ਆ ਕੇ ਹੱਥ ਵਟਾਉਣ ਦਾ ਯਤਨ ਕਰੋ। ਇੰਨਾ ਕੁਝ ਕਹਿੰਦਾ ਹੋਇਆ ਦਾਸ ਵੀਰ ਹਰਦੀਪ ਸਿੰਘ ਗੁਜਰਾ ਪੰਜਾਬ ਸੰਗਰੂਰ ਦਾ ਜਥੇਦਾਰ, ਆਪ ਜੀ ਤੋਂ ਖੇਮਾ ਦਾ ਜਾਚਕ ਹੈ, ਬੋਲਦਿਆਂ ਕੋਲ ਅਨੇਕ ਪ੍ਰਕਾਰ ਦੀਆਂ ਹੋਈਆਂ ਫੁੱਲਾਂ, ਗੁਰੂ ਜੀ ਸੰਗਤ ਬਖਸ਼ਣ ਯੋਗ ਨੇ ਬਖਸ਼ਣਾ ਜੀ, ਬੁਲਾਓ ਫਤਿਹ ਪਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।